ਹਾਂਜੀ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਦਫ਼ਾ ਫਿਰ ਤੋਂ ਸਵਾਗਤ ਕਰਦੇ ਹਾਂ। ਗੱਲਬਾਤ ਦੋਸਤੋ ਸਟੈਫਲਨ ਅਤੇ ਬਾਈ ਸਿੱਧੂ ਮੂਸੇਵਾਲੇ ਬਾਈ ਦੇ ਦਿਲਮਾ ਟਰੈਕ ਦੀ ਕਰਾਂਗੇ। ਦਿਲਮਾ ਟਰੈਕ ਦੀ ਵੇਟ ਇੰਨੀ ਲੰਬੀ ਹੋ ਚੁੱਕੀ ਹੈ ਵੀ ਹੁਣ ਫੈਨਸ ਵੀ ਅੱਕੇ ਪਏ ਨੇ। ਮੇਰੀ ਵੀ ਦੂਜੀ ਤੀਜੀ ਵੀਡੀਓ ਜਦੋਂ ਦਿਲਮਾ ਟਰੈਕ ਨੂੰ ਲੈ ਕੇ ਆਉਂਦੀ ਹੈ ਤਾਂ ਉਹਦੇ ਥੱਲੇ ਵੀ ਕਮੈਂਟ ਆਉਂਦੇ ਨੇ ਵੀ ਦੂਜੀ ਤੀਜੀ ਵੀਡੀਓ ਦਿਲਮਾ ਟਰੈਕ ਦੇ ਬਾਰੇ ਆਉਂਦੀ ਹੈ, ਪਰ ਦਿਲਮਾ ਟਰੈਕ ਹਾਲੇ ਤੱਕ ਰਿਲੀਜ਼ ਨਹੀਂ ਹੋ ਰਿਹਾ। ਬਾਕੀ ਕਿਤੇ ਨਾ ਕਿਤੇ ਉਹ ਫੈਨਸ ਵੀ ਸਹੀ ਨੇ, ਪਰ ਆਪਣਾ ਕੰਮ ਤਾਂ ਹੈਗਾ ਵੀ ਤੁਹਾਡੇ ਤੱਕ ਕੋਈ ਨਾ ਕੋਈ ਜਾਣਕਾਰੀ ਸ਼ੇਅਰ ਕਰੀਏ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਅਵੇਲੇਬਲ ਹੈਗੀ ਹੈ। ਸੋ ਦੋਸਤੋ, ਸਿੱਧੂ ਮੂਸੇਵਾਲੇ ਬਾਈ ਦੇ ਛੋਟੇ ਭਰਾ ਦੇ ਆਉਣ ਤੋਂ ਬਾਅਦ ਸਿੱਧੂ ਦੇ ਫਾਦਰ ਸਾਹਿਬ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਗਿਆ ਸੀ ਕਿ ਸਿੱਧੂ ਸਟੈਫਲਨ ਅਤੇ ਸਟੀਲ ਬੈਂਗਲਰਸ ਦਾ ਕੋਈ ਨਾ ਕੋਈ ਪ੍ਰੋਜੈਕਟ ਬਣਾ ਕੇ ਉਹ ਜਲਦੀ ਹੀ ਡਰੋਪ ਕਰਨਗੇ। ਸੋ ਦੋਸਤੋ, ਮਿਊਜ਼ਿਕ ਪ੍ਰੋਡਿਊਸਰ ਸਟੀਲ ਬੈਂਗਲਰਸ ਉਹਨਾਂ ਦੀ ਇੱਕ ਇੰਸਟਾਗ੍ਰਾਮ ਸਟੋਰੀ ਨਿਕਲ ਕੇ ਸਾਹਮਣੇ ਆਉਂਦੀ ਹੈ। ਸਟੋਰੀ ਨੂੰ ਜਦੋਂ ਧਿਆਨ ਨਾਲ ਦੇਖਦੇ ਹਾਂ ਤਾਂ ਸਟੀਲ ਬੈਂਗਲਰਸ ਨੇ ਇੱਕ ਵੀਡੀਓ ਖੋਲ੍ਹੀ ਹੁੰਦੀ ਹੈ ਜਿਹਦੀ ਟਾਈਟਲ ਦੇ ਵਿੱਚ ਪਾਇਆ ਹੁੰਦਾ ਹੈ ਸਟੈਫ ਐਕਸ ਸਿੱਧੂ। ਉਹਦੇ ਬਾਅਦ ਵੀ ਕੁਛ ਪਾਇਆ ਹੁੰਦਾ ਹੈ, ਪ੍ਰੋਪਰਲੀ ਸੀਨ ਨਹੀਂ ਹੁੰਦਾ। ਅਤੇ ਜਿਹੜੀ ਵੀਡੀਓ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਸਟੋਰੀ ਦੇ ਵਿੱਚ, ਉਹ ਵੀਡੀਓ ਉਸ ਟਾਈਮ ਦੀ ਹੈ ਜਦੋਂ ਸਟੈਫਲਨ ਮੂਸੇਵਾਲੇ ਬਾਈ ਦੇ ਪਿੰਡ ਆਏ ਸੀ ਅਤੇ ਪਿੰਡ ਆ ਕੇ ਉਹਨਾਂ ਵੱਲੋਂ ਦਿਲਮਾ ਟਰੈਕ ਦਾ ਸ਼ੂਟ ਕੀਤਾ ਗਿਆ ਸੀ। ਅਤੇ ਜਿਹੜੀ ਐਗਜੈਕਟ ਵੀਡੀਓ ਉਸ ਟਾਈਮ ਦੇ ਵਿੱਚ ਪਲੇ ਕੀਤੀ ਹੋਈ ਹੈ ਸਟੋਰੀ ਦੇ ਵਿੱਚ, ਉਹ ਵੀਡੀਓ ਉਸ ਟਾਈਮ ਦੀ ਹੈ ਜਦੋਂ ਇੱਕ ਕੈਂਡਲ ਮਾਰਚ ਔਰਗਨਾਈਜ਼ ਕੀਤਾ ਗਿਆ ਸੀ ਸਿੱਧੂ ਦੇ ਜਨਮ ਦਿਨ ਵਾਲੇ ਦਿਨ। ਅਤੇ ਇੱਥੇ ਆਪਾਂ ਸਾਫ਼ ਸਾਫ਼ ਹੋਰਡਿੰਗ ਦੇ ਉੱਤੇ ਪੜ੍ਹ ਸਕਦੇ ਹਾਂ ਵੀ ਡਿਮਾਂਡ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ। ਜਾਣੀ ਕਿਤੇ ਨਾ ਕਿਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਟੈਫਲਨ ਅਤੇ ਸਿੱਧੂ ਦਾ ਟਰੈਕ ਜਿਹੜਾ ਉਹ ਜਲਦੀ ਹੀ ਦੇਖਣ ਨੂੰ ਮਿਲੂਗਾ, ਅਤੇ ਹੋ ਸਕਦਾ ਹੈ ਕਿ ਇਹ ਉਸ ਗਾਣੇ ਦੀ ਹੀ ਵੀਡੀਓ ਹੋਵੇ। ਬਾਕੀ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਛ ਚੱਲਦਾ ਹੁੰਦਾ ਹੈ, ਕੋਈ ਵੀ ਅਪਡੇਟ, ਨਿੱਕੀ ਤੋਂ ਨਿੱਕੀ ਅਪਡੇਟ ਬਾਈ ਸਿੱਧੂ ਬਾਰੇ ਨਿਕਲ ਕੇ ਸਾਹਮਣੇ ਆਉਂਦੀ ਹੈ, ਤੁਹਾਡੇ ਨਾਲ ਉਹੀ ਸ਼ੇਅਰ ਕਰਦੇ ਰਹਿੰਦੇ ਹਾਂ। ਬਾਕੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।